की खासियत है, की ओदे विच गुण है, टैलेंट है जो परमात्मा ने हर एक बंदे दे विच पा के भेजे है, उस टैलेंट नू देखना है, ओनू पहचानना है, ओनू बाहर कढ़ना है, ओनू बाहर कढ़न वास्ते ओनू हर तरह दा हर बच्चे नू मौका देना है, ताकि ओदियां सारियां फील्ड्स दे विचों असीं देख सकीए कि इह बच्चा किहड़ी फील्ड दे विच अगे जा सकदा है। उस फील्ड दे विच असीं फिर ओनू स्पैशल तरीके नाल डील करदे हां, ताकि वड्डा होके ओदी रोजी रोटी दा भी साधन बने और ओदे विच ओह तरक्की भी करे। ਉਹ ਚੀਜ਼ਾਂ ਪਹਿਲਾਂ ਕੰਮ ਕਰਦੇ ਹਾਂ ਜਿਨ੍ਹਾਂ ਦਾ ਡਾਇਰੈਕਟਲੀ ਬੱਚੇ ਨੂੰ ਬੈਨੀਫਿਟ ਹੁੰਦਾ ਹੈ, ਜਿਵੇਂ ਕਿ ਅਸੀਂ ਸਰ ਕਲਾਸਰੂਮਸ ਦੇ ਵਿੱਚ ਕੰਮ ਕੀਤਾ ਹੈ। ਸਾਡੇ ਬਾਹਰ ਹਲੇ ਤੱਕ ਕੋਈ ਜ਼ਿਆਦਾ ਰੰਗ ਰੋਗਨ ਨਹੀਂ ਹੈ। ਮੈਂ ਇਹ ਨਹੀਂ ਕਹਿੰਦਾ ਵੀ ਕਿ ਉਹ ਜ਼ਰੂਰੀ ਨਹੀਂ ਹੈ, ਉਹ ਵੀ ਬਹੁਤ ਜ਼ਰੂਰੀ ਹੈ, ਪਰ ਸਾਡੇ ਫੰਡਸ ਦੇ ਅਕੋਰਡਿੰਗ ਅਸੀਂ ਮੈਨੇਜ ਕਰਦੇ ਹਾਂ ਉਸ ਨੂੰ। ਅਸੀਂ ਪਹਿਲਾਂ ਅੰਦਰਲਾ ਸੰਵਾਰਿਆ ਜਿੱਥੇ ਸਾਰਾ ਦਿਨ ਬੱਚੇ ਨੇ ਬੈਠਣਾ ਹੈ, ਉੱਥੇ ਜੋ ਵੀ ਐਟਮੋਸਫੇਅਰ ਕਲਾਸ ਦਾ ਹੋਊਗਾ ਉਸ ਐਟਮੋਸਫੇਅਰ ਤੇ ਦਾ ਬੱਚੇ ਦੀ ਸਾਈਕੀ ਦੇ ਉੱਪਰ ਬੜਾ ਇਫੈਕਟ ਪੈਣਾ। ਇੱਕ ਟੀਚਰ ਦਾ ਸਭ ਤੋਂ ਵੱਡਾ ਜਿਹੜਾ ਹਥਿਆਰ ਹੁੰਦਾ ਹੈ, ਉਹਦਾ ਏਡ ਹੁੰਦਾ ਹੈ, ਉਹ ਹੁੰਦਾ ਹੈ ਬਲੈਕ ਬੋਰਡ, ਪੁਆਇੰਟਰ ਤੇ ਚਾਕ। ਤਾਂ ਜਿੰਨੇ ਵੀ ਸਾਡੇ ਕਲਾਸਰੂਮ ਸੀ ਉਹਨਾਂ ਦੇ ਵਿੱਚ ਸਾਡੇ ਜਿੰਨੇ ਬਲੈਕ ਬੋਰਡ ਸੀ, ਮੈਕਸੀਮਮ ਮੈਨੂੰ ਜਿੰਨਾ ਸਪੇਸ ਮਿਲਿਆ 10 ਫੁੱਟ 12 ਫੁੱਟ, ਮੈਂ ਸਾਰੀਆਂ ਕਲਾਸਾਂ ਦੇ ਉਹ ਜਿਹੜੇ ਬਲੈਕ ਬੋਰਡ ਸੀ ਉਹਨਾਂ ਨੂੰ ਵੱਡਾ ਕੀਤਾ। ਹਰ ਇੱਕ ਕਲਾਸ ਦੇ ਵਿੱਚ ਅਸੀਂ ਲੱਕੜ ਦੇ ਪੁਆਇੰਟਰ ਬਣਾਏ ਤਾਂ ਕਿ ਬੱਚਿਆਂ ਦੇ ਵਿੱਚੋਂ ਉਹ ਡੰਡੇ ਵਾਲਾ ਡਰ ਨਿਕਲ ਸਕੇ। ਉਹ ਸਾਰੀਆਂ ਕਲਾਸਿਸ ਦੇ ਵਿੱਚ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਕਿ ਅਸੀਂ 2 ਕਲਾਸਾਂ ਦੀ ਪਰਫਾਰਮੈਂਸ ਸਾਡੇ ਪਿੰਡ ਦੇ ਲੋਕਾਂ ਨੂੰ ਅਸੀਂ ਦਿਖਾਈ, ਉਹਨਾਂ ਤੋਂ ਅਸੀਂ ਸਹਿਯੋਗ ਮੰਗਿਆ। ਸਹਿਯੋਗ ਅਸੀਂ ਫਾਈਨੈਂਸ਼ੀਅਲੀ ਕੁਛ ਨਹੀਂ ਮੰਗਿਆ, ਅਸੀਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਮੋਰਲ ਸਪੋਰਟ ਕਰੋ ਔਰ ਸਾਨੂੰ ਸਮਾਂ ਦਾਨ ਦਿਓ, ਜਦੋਂ ਵੀ ਤੁਹਾਡੇ ਕੋਲ ਟਾਈਮ ਬਚਦਾ ਤਾਂ ਅਸੀਂ ਉਸੇ ਨਾਲ ਹੀ ਸਾਰਾ ਕੁਛ ਕਰਾਂਗੇ, ਤੁਹਾਡੀ ਮਦਦ ਹੀ ਸਾਡੇ ਲਈ ਬਹੁਤ ਵੱਡਾ ਸਹਿਯੋਗ ਹੈ। ਤਾਂ ਸਰ ਅਸੀਂ ਬੱਚਿਆਂ ਦੀ ਆਊਟਲੁੱਕ, ਜਿਸ ਤਰ੍ਹਾਂ ਤੁਸੀਂ ਯੂਨੀਫਾਰਮ ਦੀ ਗੱਲ ਕੀਤੀ ਹੈ, ਸਭ ਤੋਂ ਪਹਿਲਾਂ ਅਸੀਂ ਉਹਨਾਂ ਦੀ ਯੂਨੀਫਾਰਮ ਚੇਂਜ ਕੀਤੀ ਸੀ। ਜਦੋਂ ਅਸੀਂ ਯੂਨੀਫਾਰਮ ਚੇਂਜ ਕੀਤੀ ਸੀ ਤਾਂ ਉਦੋਂ ਬਹੁਤ ਸਾਰੇ ਲੋਕਾਂ ਨੇ ਸਾਨੂੰ ਸਵਾਲ ਕੀਤਾ ਸੀ ਵੀ ਤੁਸੀਂ ਵਾਈਟ ਯੂਨੀਫਾਰਮ ਕਿਉਂ ਰੱਖ ਰਹੇ ਹੋ ਸ਼ਰਟ, ਬੱਚੇ ਗੰਦੇ ਕਰ ਲੈਣਗੇ, ਇਹਨਾਂ ਦੇ ਪੇਰੈਂਟਸ ਨੂੰ ਇਹ ਸੰਭਾਲਣਾ ਨਹੀਂ ਆਉਂਦਾ, ਉਹਨਾਂ ਨੂੰ ਸਾਫ਼ ਨਹੀਂ ਕਰਨਾ ਆਉਂਦਾ। ਔਰ ਸਰ ਅੱਜ ਵੀ ਸਾਡੇ ਬੱਚੇ ਨਾ, ਮੈਂ ਕਹਿੰਦਾ ਹਲੇ ਸਾਡੀ ਆਪਣੀ ਸ਼ਰਟ ਗੰਦੀ ਹੋਊ ਪਰ ਬੱਚਿਆਂ ਦੀ ਸ਼ਰਟ ਉਹ ਗੰਦੀ ਨਹੀਂ ਹੁੰਦੀ। ਬੱਚੇ ਪੇਰੈਂਟਸ ਬੜੇ ਅਵੇਅਰ ਹੈ, ਆਪਾਂ ਨੂੰ ਵਹਿਮ ਸੀ ਇਸ ਗੱਲ ਦਾ, ਸਾਨੂੰ ਵਹਿਮ ਸੀ ਕਿ ਉਹਨਾਂ ਨੇ ਇਹਨਾਂ ਨੂੰ ਸਾਫ਼ ਸੁਥਰੇ ਰੱਖਣਾ, ਉਹਨਾਂ ਨੂੰ ਤਾਂ ਚਾਹ ਚੜ ਗਿਆ ਜਦੋਂ ਇਸ ਤਰ੍ਹਾਂ ਦੀ ਅਸੀਂ ਉਹਨਾਂ ਨੂੰ ਯੂਨੀਫਾਰਮ ਪ੍ਰੋਵਾਈਡ ਕੀਤੀ। ਔਰ ਸਰ ਸਰਦੀਆਂ ਦੇ ਵਿੱਚ ਅਸੀਂ ਬਲੇਜ਼ਰ ਵਗੈਰਾ ਵੀ ਸਾਡੇ ਬੱਚਿਆਂ ਕੋਲ ਹੁੰਦੇ ਆ ਤਾਂ ਕਿ ਉਹਨਾਂ ਦਾ ਜਿਹੜਾ ਸਟੈਂਡਰਡ ਹੈ ਜਾਂ ਉਹ ਇਸ ਚੀਜ਼ ਦੇ ਹੈਬਚੁਅਲ ਹੋ ਜਾਣ, ਉਹਨਾਂ ਨੂੰ ਇਹ ਰਹਿਣਾ ਸਹਿਣਾ ਪਹਿਨਣਾ ਆ ਜਾਵੇ। ਇਸ ਕਰਕੇ ਅਸੀਂ ਉਹ ਚੀਜ਼ਾਂ ਵੀ ਇਹਦੇ ਵਿੱਚ ਇਨਵੋਲਵ ਕੀਤੀਆਂ। ਬੱਚੇ 'ਚ ਕੌਨਫੀਡੈਂਸ ਡਿਵੈਲਪ ਹੁੰਦਾ ਹੈ ਆਪਣੀ ਡਰੈਸ ਦੇ ਨਾਲ। ਔਰ ਸਰ ਜਿਹੜਾ ਤੁਸੀਂ ਗੱਲ ਕੀਤੀ ਸੀ ਕਿ ਇਹ ਯੂਨੀਫਾਰਮ ਇਹਨਾਂ ਦੀ ਵਧੀਆ ਸਾਫ਼ ਸੁਥਰੀ ਹੁੰਦੀ ਹੈ, ਇਸ ਤਰ੍ਹਾਂ ਲੱਗਦਾ ਕਿ ਨਵੀਂ ਹੈ, ਅਸੀਂ ਇੱਕ ਸਰ ਇਹ ਮਦਰ ਗਰੁੱਪ ਬਣਾਇਆ ਹੋਇਆ ਆਪਣੇ ਸਕੂਲ ਦੇ ਵਿੱਚ, ਉਹਦੇ ਵਿੱਚ ਕੁਛ ਜਿਹੜੀਆਂ ਸਿਲਾਈ ਕਢਾਈ ਕਰਨ ਵਾਲੀਆਂ ਮਦਰਸ ਨੂੰ ਇਨਵੋਲਵ ਕੀਤਾ। ਅਸੀਂ ਮਹੀਨੇ ਦੇ ਵਿੱਚ 2 ਵਾਰ ਉਹਨਾਂ ਨੂੰ ਸਕੂਲ ਦੇ ਵਿੱਚ ਬੁਲਾਉਂਦੇ ਹਾਂ। ਸਾਡੇ ਕੋਲ ਸਟਿਚਿੰਗ ਮਸ਼ੀਨ ਹੈ, ਉਹ ਬਟਨ ਵਗੈਰਾ ਹੁੱਕਾਂ ਜੋ ਕੁਛ ਵੀ ਯੂਨੀਫਾਰਮ ਵਾਸਤੇ ਮਟੀਰੀਅਲ ਚਾਹੀਦਾ ਉਹ ਅਸੀਂ ਰੱਖਿਆ ਹੋਇਆ। ਤਾਂ ਅਸੀਂ 15 ਦਿਨ ਬਾਅਦ ਉਹਨਾਂ ਦੀ ਜਿਹੜੀ ਕੋਈ ਰਿਪੇਅਰ ਕਰਨ ਵਾਲਾ ਹੁੰਦਾ, ਕੋਈ ਬਟਨ ਲੱਗਣ ਵਾਲਾ ਹੈ ਜਾਂ ਉਹਨਾਂ ਦੀ ਕੋਈ ਸਟਿਚਿੰਗ ਕਰਨ ਵਾਲੀ ਹੁੰਦੀ ਹੈ, ਉਹਨਾਂ ਦੀ ਯੂਨੀਫਾਰਮ ਨੂੰ ਅਸੀਂ ਰਿਪੇਅਰ ਕਰਦੇ ਹਾਂ। ਅਸੀਂ ਸਰ ਯੂਨੀਫਾਰਮ ਸ਼ੂਜ, ਸੌਕਸ, ਸ਼ਰਟ, ਪੈਂਟ, ਨਿੱਕਰ, ਸਕਰਟ, ਟਾਈ, ਬੈਲਟ, ਇਹ ਸਾਰੀਆਂ ਚੀਜ਼ਾਂ ਸਰਪਲਸ ਅਸੀਂ ਸਟੋਕ ਦੇ ਵਿੱਚ ਰੱਖਦੇ ਹਾਂ। ਔਰ ਉਹ ਬੱਚੇ ਨੂੰ ਜਿਸ ਨੂੰ ਵੀ ਜਦੋਂ ਵੀ ਲੋੜ ਹੁੰਦੀ ਹੈ, ਸਾਨੂੰ ਮਹਿਸੂਸ ਹੁੰਦਾ ਹੈ ਕਿ ਇਹਦੀ ਆਹ ਚੀਜ਼ ਖਰਾਬ ਹੋ ਗਈ, ਤਾਂ ਅਸੀਂ ਉਹਨੂੰ ਉੱਥੋਂ ਪ੍ਰੋਵਾਈਡ ਕਰਾਉਂਦੇ ਹਾਂ। ਔਰ ਉਹਦੇ ਵਾਸਤੇ ਅਸੀਂ ਫੰਡਸ ਕਿਵੇਂ ਅਰੇਂਜ ਕਰਦੇ ਹਾਂ, ਅਸੀਂ ਇੱਕ ਵਾਰ ਉਹ ਸਾਰਾ ਸਮਾਨ ਆਪ ਲਿਆ ਕੇ ਰੱਖ ਲੈਂਦੇ ਹਾਂ। ਔਰ ਉਸ ਤੋਂ ਬਾਅਦ ਜੇ ਕੋਈ ਦਾਨੀ ਸੱਜਣ ਸਾਨੂੰ ਮਿਲ ਜਾਂਦਾ ਉਸ ਦੇ ਵਿੱਚ ਕੰਟਰੀਬਿਊਟ ਕਰਨ ਵਾਸਤੇ, ਤਾਂ ਅਸੀਂ ਉਹਨਾਂ ਦਾ ਸਹਿਯੋਗ ਲੈ ਲੈਂਦੇ ਹਾਂ। ਇਸ ਤੋਂ ਬਾਅਦ ਮੈਂ ਕਲਾਸਰੂਮ ਦੀ ਗੱਲ ਕਰਾਂਗਾ ਕਿ ਤੁਸੀਂ ਕਲਾਸਰੂਮ ਦੀ ਵੀ ਗੱਲ ਕੀਤੀ ਹੈ। ਕਲਾਸਰੂਮ ਦੇ ਐਟਮੋਸਫੀਅਰ ਜੋ ਹੈ ਉਹ ਬਹੁਤ ਕਾਊਂਟ ਕਰਦਾ ਹੈ ਕਿ ਬੱਚੇ ਦੀ ਜਿਹੜੀ ਕਪੈਸਿਟੀ ਹੈ ਉਹਦੀ ਲਰਨਿੰਗ ਕਪੈਸਿਟੀ ਨੂੰ ਇਨਕਰੀਜ਼ ਕਰਨ ਵਾਸਤੇ। ਤਾਂ ਅਸੀਂ ਉਹਨਾਂ ਨੂੰ ਕੰਫਰਟੇਬਲੀ
प्रॉपर लाइट प्रॉपर एयर ये प्रोवाइड करने की कोशिश करते हैं। और सर इस तो इलावा असी स्टेशनरी जो है कापी है पेंसिल है इरेजर है असी एक इमानदारी की दुकान बनाई हुई है साडे स्कूल दे विच। असी उत्थे की करते हैं भी वधिया ब्रांड क्योंकि जिहड़े पिंडां दे विच लोग है बच्चे है उन्हां नूं नहीं पता हुंदा भी असी किहड़े ब्रांड की चीज साडे लई बेनीफिशियल है जां सानूं सस्ती पऊ जां ड्यूरेबल है। असी कुछ चीजां जिहड़ियां है उहदे चो कापी पेंसिल इरेजर ਉਹ ਚੀਜ਼ਾਂ ਕੁਛ ਅਸੀਂ ਆਪਣੇ ਕੋਲ ਲਿਆ ਕੇ ਰੱਖਦੇ ਹਾਂ ਨੋ ਪ੍ਰੋਫਿਟ ਨੋ ਲੋਸ ਤੇ ਤੋਂ ਬੱਚੇ ਉੱਥੋਂ ਇਮਾਨਦਾਰੀ ਦੀ ਦੁਕਾਨ ਹੈ ਬੱਚੇ ਆਪਣੇ ਆਪ ਉਹ ਪੈਸੇ ਪਾਉਂਦੇ ਆ ਉੱਥੇ ਔਰ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਉਹ ਲੈ ਲੈਂਦੇ ਆ ਔਰ ਇੱਕ ਵੱਡਾ ਬੱਚਾ ਉਹਨਾਂ ਦੀ ਗਾਈਡੈਂਸ ਵਾਸਤੇ ਉਹਨਾਂ ਦੀ ਹੈਲਪ ਵਾਸਤੇ ਉੱਥੇ ਕੋਲ ਹੁੰਦਾ ਹੈ ਔਰ ਜਿੰਨੇ ਕੁ ਪੈਸੇ ਉਹ ਇਕੱਠੇ ਹੁੰਦੇ ਆ ਉਹਦੇ ਵਿੱਚ ਕੁਛ ਅਸੀਂ ਆਪਣੇ ਕੋਲੋਂ ਪਾ ਕੇ ਅਸੀਂ ਹੋਰ ਜਿਹੜੀ ਸਮਾਨ ਲਿਆ ਕੇ ਉਹਨਾਂ ਵਾਸਤੇ ਉੱਥੇ ਰੱਖ ਲੈਂਦੇ ਹਾਂ। ਇੱਕ ਅਸੀਂ ਜਦੋਂ ਸਕੂਲ ਦੇ ਵਿੱਚ ਆਏ ਸੀ ਤਾਂ ਬੱਚਿਆਂ ਨੂੰ ਅਸੀਂ ਸਟਾਰਟ ਕੀਤਾ ਕੰਮ ਕਰਾਉਣਾ ਔਰ ਸਰ ਉਸ ਸਮੇਂ ਪੜੋ ਪੰਜਾਬ ਦੀ ਟੀਮ ਤੋਂ ਸਾਨੂੰ ਇਸ ਚੀਜ਼ ਦਾ ਬੜਾ ਗਿਆਨ ਮਿਲਿਆ ਕਿ ਬੱਚਿਆਂ ਨੂੰ ਕਿਵੇਂ ਪੜ੍ਹਾਉਣਾ ਟੀਚਿੰਗ ਮੈਥਡਸ ਕੀ ਹੈ ਔਰ ਕਿਹੜੀਆਂ ਕਿਹੜੀਆਂ ਚੀਜ਼ਾਂ ਪਹਿਲਾਂ ਕਿਹੜੀਆਂ ਬਾਅਦ ਦੇ ਵਿੱਚ ਉਹ ਸਾਨੂੰ ਇਸ ਚੀਜ਼ ਦਾ ਬੜਾ ਸਹਿਯੋਗ ਮਿਲਿਆ ਸੀ ਜਦੋਂ ਅਸੀਂ ਕੰਮ ਸਟਾਰਟ ਕੀਤਾ ਸੀ। ਤਾਂ ਉਦੋਂ ਸਰ ਕੀ ਹੋਇਆ ਨਾ ਕਿ ਬੱਚਿਆਂ ਦਾ ਲੈਵਲ ਅੱਡੋ ਅੱਡ ਸੀ ਕਿਸੇ ਦਾ ਕੋਈ ਬੱਚਾ ਹੁਸ਼ਿਆਰ ਸੀ ਕੋਈ ਥੋੜਾ ਜਿਹਾ ਵੀਕ ਸੀ ਤਾਂ ਉਹਨਾਂ ਸਾਰਿਆਂ ਨੂੰ ਬਰਾਬਰ ਕਰਨਾ ਸੀ। ਜੇ ਅਸੀਂ ਇੱਕ ਹੁਸ਼ਿਆਰ ਬੱਚੇ ਵੱਲ ਜਾਂਦੇ ਸੀ ਤਾਂ ਵੀਕ ਹੈ ਜਿਹੜਾ ਉਹ ਪਿੱਛੇ ਰਹਿੰਦਾ ਸੀ ਵੀਕ ਬੱਚੇ ਨੂੰ ਜ਼ਿਆਦਾ ਟਾਈਮ ਦੇਣ ਦੀ ਲੋੜ ਸੀ। ਤਾਂ ਉਦੋਂ ਦਿਮਾਗ ਦੇ ਵਿੱਚ ਇੱਕ ਗੱਲ ਆਉਂਦੀ ਸੀ ਵੀ ਯਾਰ ਕੋਈ ਇਹੋ ਜਿਹੀ ਚੀਜ਼ ਹੋਣੀ ਚਾਹੀਦੀ ਹੈ ਵੀ ਬੱਚਿਆਂ ਨੂੰ ਸੁਣ ਕੇ ਜਾਂ ਦੇਖ ਕੇ ਆਪਣੇ ਆਪ ਹੀ ਕੰਮ ਕਰੀ ਜਾਵੇ ਤੇ ਮੈਂ ਉਹਨਾਂ ਟਾਈਮ ਦੂਸਰੇ ਬੱਚੇ ਤੇ ਲਾ ਲਾਂ। ਤਾਂ ਸਰ ਉੱਥੋਂ ਨਾ ਅਸੀਂ ਇੱਕ ਲਿਸਨਿੰਗ ਲੈਬ ਜਿਹੜੀ ਹੈ ਉਹਦੇ ਬਾਰੇ ਅਸੀਂ ਜਦੋਂ ਪਤਾ ਕੀਤਾ ਤਾਂ ਕਿ ਬੱਚਾ ਹੈਡਫੋਨ ਲਾ ਕੇ ਬੈਠ ਕੇ ਤੇ ਉਹ ਆਪਣੇ ਆਪ ਕੰਮ ਕਰੀ ਜਾਵੇ। ਤਾਂ ਜਦੋਂ ਅਸੀਂ ਮਾਰਕੀਟ ਚੋਂ ਪਤਾ ਕੀਤਾ ਤਾਂ ਉਹ ਜਿਹੜਾ ਸੀ ਸਰ ਕੋਈ ਬ੍ਰਾਂਡ ਦਾ ਕਿਸੇ ਵੀ ਬ੍ਰਾਂਡ ਦਾ 40-45 ਹਜ਼ਾਰ ਰੁਪਏ ਦਾ ਆਪਰੇਟਰ ਸੀ ਉਹ ਤੇ ਸਾਡਾ ਬੜਾ ਮਨ ਖਰਾਬ ਹੋਇਆ ਕਿ ਇੰਨੇ ਪੈਸੇ ਤਾਂ ਸਾਡੇ ਕੋਲ ਹੈ ਨਹੀਂ। ਤਾਂ ਸਰ ਸੇਮ ਡੇ ਹੀ ਅਸੀਂ ਉਹੀ ਚੀਜ਼ ਨੂੰ 1200 ਰੁਪਏ ਦੇ ਵਿੱਚ ਬਣਾਇਆ ਸਰ ਲਿਸਨਿੰਗ ਲੈਬ ਨੂੰ ਔਰ ਉਹ 1200 ਰੁਪਏ ਦੇ ਵਿੱਚ 30 ਹੈਡਫੋਨ ਵਾਲੀ ਅਸੀਂ ਉਹ ਲੈਂਗੁਏਜ ਲੈਬ ਬਣਾਈ। ਉਹਦਾ ਅਸੀਂ ਯੂਜ਼ ਕਿਵੇਂ ਕਰਦੇ ਸੀ ਜਿਹੜੇ ਵੀਕ ਬੱਚੇ ਸੀ ਅਸੀਂ ਉਹਨਾਂ ਤੇ ਟਾਈਮ ਸਾਨੂੰ ਵੱਧ ਚਾਹੀਦਾ ਸੀ ਉਹਨਾਂ ਨੂੰ ਡਰਿਲ ਵਰਕ ਕਰਾਉਣ ਲਈ ਸਾਨੂੰ ਟਾਈਮ ਵੱਧ ਚਾਹੀਦਾ ਸੀ ਜਿਸ ਤਰ੍ਹਾਂ ਕਿ ਮੁਹਾਰਨੀ ਹੋ ਗਈ ਜਾਂ ਪਹਾੜੇ ਹੋ ਗਏ ਜਾਂ ਜੋ ਵੀ ਹੈ। ਤਾਂ ਅਸੀਂ ਨਾ ਸਾਡੇ ਟੀਚਰ ਅਸੀਂ ਆਪਣੀ ਆਵਾਜ਼ ਦੇ ਵਿੱਚ ਆਪਣੇ ਫੋਨ 'ਚ ਰਿਕਾਰਡਿੰਗ ਕਰ ਲੈਂਦੇ ਸੀ ਲੈਂਗੁਏਜ ਲੈਬ ਨਾਲ ਸਾਡਾ ਫੋਨ ਰਿਕਾਰਡ ਕਰਕੇ ਜਿੰਨੇ ਵੀ 5-7-10 ਬੱਚੇ ਹੁੰਦੇ ਸੀ ਉਹਨਾਂ ਨੂੰ ਅਸੀਂ ਉੱਥੇ ਬਿਠਾ ਦਿੰਦੇ ਸੀ ਔਰ ਉਹ ਬੱਚੇ ਆਪਣੇ ਆਪ ਹੀ ਲਿਸਨ ਐਂਡ ਰਿਪੀਟ ਵੀ ਬੋਲਣਾ ਥੋੜੀ ਜਿਹੀ ਜਗ੍ਹਾ ਛੱਡਦੇ ਨਹੀਂ ਉਹ ਬੱਚੇ ਆਪਣੇ ਆਪ ਹੀ ਪਿੱਛੇ ਬੋਲਦੇ ਰਹਿੰਦੇ ਸੀ। ਉਹਦਾ ਕੀ ਹੋਇਆ ਉਹਦਾ ਨਤੀਜਾ ਕੀ ਨਿਕਲਿਆ ਸਰ ਕਿ ਇੱਕ ਤਾਂ ਉਹਦਾ ਆਊਟਪੁੱਟ ਜਿਹੜਾ ਸੀ ਉਸ ਚੀਜ਼ ਦਾ ਬਹੁਤ ਥੋੜੇ ਸਮੇਂ ਦੇ ਵਿੱਚ ਜ਼ਿਆਦਾ ਮਿਲਿਆ ਔਰ ਇੱਕ ਟੀਚਰ ਦਾ ਟਾਈਮ ਸੇਵ ਹੋਇਆ। ਤਾਂ ਸਰ ਉਹ ਅੱਜ ਤੱਕ ਵੀ 8-9 ਸਾਲ ਹੋ ਗਏ ਅਸੀਂ ਉਸ ਲੈਂਗੁਏਜ ਲੈਬ ਨੂੰ ਯੂਜ਼ ਕਰਦੇ ਇੰਗਲਿਸ਼ ਪ੍ਰੋਨਾਂਸੀਏਸ਼ਨ ਵਾਸਤੇ ਵੀਕ ਬੱਚਿਆਂ ਵਾਸਤੇ ਔਰ ਅਸੀਂ ਥਰੋ ਪੰਜਾਬ ਬਹੁਤ ਸਾਰੇ ਸਕੂਲਾਂ ਨੂੰ ਉਹ ਲੈਂਗੁਏਜ ਲੈਬ ਬਣਾ ਕੇ ਵੀ ਦਿੱਤੇ ਕਿਉਂਕਿ ਹੁਣ ਉਹ ਸਾਡੇ ਕੋਲ ਆਪਣੇ ਕੋਲ ਹੀ ਮਕੈਨਿਕ ਹੈ ਸਾਡੀ ਟੀਮ ਦਾ ਇੱਕ ਮੈਂਬਰ ਹੈ ਕਿ ਜਿਹੜਾ ਉਹ ਬਣਾ ਲੈਂਦਾ ਹੈ ਸਸਤੇ ਰੇਟ ਦੇ ਵਿੱਚ ਔਰ ਉਹਦਾ ਨਾਲ ਅਸੀਂ ਮਟੀਰੀਅਲ ਵੀ ਸਰ ਪ੍ਰੋਵਾਈਡ ਕਰਦੇ ਹਾਂ ਹੋਰ ਸਕੂਲਾਂ ਦੇ ਟੀਚਰਸ ਨੂੰ ਵੀ ਉਹਨਾਂ ਨੂੰ ਇੱਕ ਵਾਰ ਗਾਈਡੈਂਸ ਮਿਲ ਜੇ ਤੇ ਉਸ ਤੋਂ ਬਾਅਦ ਉਹ ਆਪਣੇ ਆਪ ਬਣਾ ਲੈਣ। ਵੈਰੀ ਗੁੱਡ ਰਾਜਿੰਦਰ। ਅੱਛਾ ਰਾਜਿੰਦਰ ਇੱਕ ਚੀਜ਼ ਮੈਂ ਔਰ ਤੁਹਾਨੂੰ ਮੈਂ ਪੁੱਛਣੀ ਚਾਹਾਂਗਾ ਰਾਦਰ ਮੈਂ ਬਾਕੀ ਆਪਣੇ ਟੀਚਰ ਸਾਹਿਬਾਂ ਨੂੰ ਸਾਰਿਆਂ ਨੂੰ ਦੱਸਣਾ ਚਾਹਾਂਗਾ ਬਹੁਤ ਸਾਰੇ ਲੋਕ ਇਹ ਸਵਾਲ ਕਰਦੇ ਹੈ ਸਾਡੇ ਤੋਂ ਵੀ ਕਿ ਜੀ ਜੋ ਡਿਪਾਰਟਮੈਂਟ ਇੱਕ ਬੱਚੇ ਦੀ ਫੋਟੋ ਯੂਜ਼ ਕਰ ਰਿਹਾ ਹੈ ਐਜ਼ ਅ ਬ੍ਰਾਂਡ ਔਰ ਉਹ ਮੇਰੀ ਜੋ ਡੀਪੀ ਹੈ ਮੇਰੀ ਡੀਪੀ ਤੇ ਵੀ ਮੈਂ ਉਸੇ ਬੱਚੇ ਦੀ ਫੋਟੋ ਨੂੰ ਲਗਾਇਆ ਹੋਇਆ ਜਦੋਂ ਵੀ ਕੋਈ ਨਵੀਂ ਚੀਜ਼ ਹੁੰਦੀ ਹੈ ਕੋਈ ਵੀ ਤੇ ਅਸੀਂ ਉਸੇ ਬੱਚੇ ਦੀ ਜਾਂ ਉਸੇ ਤੋਂ ਐਕਟੀਵਿਟੀ ਕਰਾ ਕੇ ਉਸੀ ਨੂੰ ਅਸੀਂ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤੋ ਬਹੁਤ ਲੋਕ ਪਹਿਲੇ ਇਹ ਪੁੱਛਦੇ ਸੀ ਕਿ ਇਹ ਬੱਚਾ ਇਹ ਸ਼ਾਇਦ ਕਿਸੇ ਪ੍ਰਾਈਵੇਟ ਸਕੂਲ ਦਾ ਹੈ ਔਰ ਇਹ ਇਹਨਾਂ ਨੇ ਫੋਟੋ ਇੱਦਾਂ ਜਾਂ ਗੂਗਲ ਤੋਂ ਫੜ ਕੇ ਜਾਂ ਔਰ ਕਿਤੋਂ ਲੈ ਕੇ ਲਗਾ ਲਈ। ਮੈਂ ਉਹਨਾਂ ਸਾਰਿਆਂ ਦੀ ਜਾਣਕਾਰੀ ਲਈ ਦੱਸਣਾ ਚਾਹਾਂਗਾ ਉਹ ਜੋ ਬੱਚਾ ਹੈ ਉਹ ਬੱਚੇ ਦਾ ਨਾਮ ਜਸਨੀਤ ਹੈ ਬੱਚਾ ਰਜਿੰਦਰ ਦੇ ਸਕੂਲ ਦਾ ਹੈ। ਹਾਂਜੀ ਸਰ ਰਜਿੰਦਰ ਤੁਸੀਂ ਉਸ ਬੱਚੇ ਦੇ ਬਾਰੇ ਕੁਛ ਦੱਸਣਾ ਚਾਹੋਗੇ? ਸਰ ਹਾਂਜੀ ਬਿਲਕੁਲ ਸਰ ਉਹ ਬੱਚਾ ਬਹੁਤ ਲੱਕੀ ਬੱਚਾ ਹੈ
अपने पेरेंट्स ਲਈ ਵੀ ਔਰ ਸਾਡੇ ਸਕੂਲ ਲਈ ਵੀ ਅਸੀਂ ਉਸ ਨੂੰ ਮੰਨਦੇ ਹਾਂ। ਉਹ ਬੱਚਾ ਸਰ ਹੁਣ ਇਹ ਸੈਸ਼ਨ ਦੇ ਵਿੱਚ 2020 ਦੇ ਵਿੱਚ ਉਹ ਫਸਟ ਕਲਾਸ ਦੇ ਵਿੱਚ ਹੋਇਆ ਤੇ ਪਿਛਲੇ 2 ਸਾਲ ਤੋਂ ਉਹ ਸਾਡੇ ਕੋਲ ਬੱਚਾ ਹੈ ਔਰ ਵੱਡੀ ਗੱਲ ਸਰ ਇਹ ਹੈ ਵੀ ਉਹ ਘਰਦਿਆਂ ਦਾ ਇਕਲੌਤਾ ਬੱਚਾ ਹੈ ਔਰ ਲੜਕੀ ਹੈ। ਉਹ ਇੱਕ ਜਨਰਲ ਫੈਮਿਲੀ ਨੂੰ ਬਿਲੋਂਗ ਕਰਦੇ ਹੈ। ਉਹਨਾਂ ਦਾ ਜਿਹੜਾ ਕਿੱਤਾ ਹੈਗਾ ਉਹ ਐਗਰੀਕਲਚਰ ਆ, ਉਹਦੇ ਫਾਦਰ ਐਗਰੀਕਲਚਰ ਦੇ ਵਿੱਚ ਆਪਣੀ ਖੇਤੀ ਕਰਦੇ ਹੈ ਔਰ ਇੱਕ ਨੋਰਮਲ ਜੀ ਫੈਮਿਲੀ ਹੈ। ਬੱਚਾ ਬਹੁਤ ਵਧੀਆ ਹੈ, ਉਹ 2 ਸਾਲ ਤੋਂ ਸਾਡੇ ਕੋਲ ਹੈ, ਬਹੁਤ ਬ੍ਰਿਲੀਅੰਟ ਬੱਚਾ ਹੈ ਸਰ ਉਹ। ਔਰ ਉਹਨਾਂ ਦੇ ਪੇਰੈਂਟਸ ਦੀ ਜਿਹੜੇ ਹੈ ਉਹ ਕਹਿੰਦੇ ਵੀ ਉਹਨਾਂ ਕੋਲੇ ਹੋਰ ਕੋਈ ਬੱਚਾ ਨਹੀਂ, ਇੱਕੋ ਲੜਕੀ ਹੈ। ਉਹ ਕਹਿੰਦੇ ਵੀ ਸਾਨੂੰ ਇਹ ਲੜਕੀ ਹੀ ਸਾਨੂੰ ਲੜਕੀਆਂ ਦੇ ਬਰਾਬਰ ਲੱਗਦੀ ਹੈ, ਵੀ ਸਾਨੂੰ ਕਦੇ ਵੀ ਇਹ ਨਹੀਂ ਮਹਿਸੂਸ ਹੋਈ ਵੀ ਸਾਡੇ ਬੇਟਾ ਨਹੀਂ ਹੈ, ਬੇਟੀ ਕਿਉਂ ਹੈ, ਔਰ ਸਾਨੂੰ ਸਾਡਾ ਸਾਰਾ ਕੁਛ ਹੀ ਇਹ ਹੈ। ਸੋ ਰਜਿੰਦਰ ਇੱਕ, ਚਲੋ ਮੈਂ ਰਿਪੀਟ ਹੀ ਕਰਾਂਗਾ, ਵੈਸੇ ਤਾਂ ਤੁਸੀਂ ਗੱਲ ਦੱਸ ਦਿੱਤੀ ਹੈ। ਰਜਿੰਦਰ ਨੇ, ਰਜਿੰਦਰ ਦਾ ਪ੍ਰਮੋਸ਼ਨ 2 ਵਾਰੀ ਹੋਇਆ ਹੈ ਔਰ ਦੋਨੋਂ ਵਾਰੀ ਇਹਨਾਂ ਨੇ ਆਪਣਾ ਪ੍ਰਮੋਸ਼ਨ ਫੋਰਗੋ ਕੀਤਾ ਹੈ ਔਰ ਇਸੇ ਤਰ੍ਹਾਂ ਹੀ ਮਿਸਿਸ ਰਜਿੰਦਰ, ਮੈਡਮ ਹਰਿੰਦਰ ਨੇ ਵੀ, ਉਹਨਾਂ ਦੇ ਵੀ 2 ਵਾਰੀ ਪ੍ਰਮੋਸ਼ਨ ਹੋਇਆ ਹੈ ਔਰ ਉਹਨਾਂ ਨੇ ਵੀ ਆਪਣਾ ਇਹ ਜੋ ਪ੍ਰਮੋਸ਼ਨ ਹੈ ਉਹ ਫੋਰਗੋ ਕੀਤਾ ਹੈ। ਔਰ ਰਜਿੰਦਰ, ਤੁਹਾਡਾ ਸਕੂਲ ਦੇ ਟੀਚਰਸ ਦਾ ਬੜਾ ਇੱਕ ਟੀਮ ਵਰਕ ਮੈਨੂੰ ਬਹੁਤ ਵਧੀਆ ਲੱਗਿਆ। ਆਲ ਆਫ ਯੂ ਵਰਕ ਲਾਈਕ ਫੈਮਿਲੀ ਮੈਂਬਰਸ, ਸੋ ਨੋ ਡਾਊਟ ਤੁਸੀਂ ਹਸਬੈਂਡ ਵਾਈਫ ਤੇ ਹੈਗੇ ਹੋ, ਬਟ ਦੀ ਬਾਕੀ ਜੋ ਟੀਚਰ ਸਾਹਿਬਾਨ ਹੈ ਸਾਰੇ ਹੀ, ਤਾਂ ਪੂਰੀ ਇੱਕ ਟੀਮ ਮੈਨੂੰ ਬਹੁਤ ਹੀ ਵਧੀਆ ਇੱਕ ਟੀਮ ਨਜ਼ਰ ਆਈ ਔਰ ਤੁਹਾਡੀ ਜੋ ਆਪਸ ਦੀ ਜਿਹੜੀ ਕੈਮਿਸਟਰੀ ਹੈ ਉਹ ਮਤਲਬ ਬਿਆਨ ਨਹੀਂ ਕੀਤੀ ਜਾ ਸਕਦੀ, ਇਸ ਦੇ ਬਾਰੇ ਵੀ ਤੁਸੀਂ ਕੁਝ ਦੱਸਣਾ ਚਾਹੋਗੇ? ਹਾਂਜੀ ਸਰ। ਸਰ ਅਸੀਂ ਪੋਸਟ ਗ੍ਰੈਜੂਏਸ਼ਨ ਕੀਤੀ ਹੋਈ ਸੀ MSc ਫਿਜ਼ਿਕਸ ਤੇ ਸਾਡੀ 2 ਵਾਰ ਐਜ਼ ਅ ਸਾਇੰਸ ਟੀਚਰ ਮੇਰੇ ਮਿਸਿਸ ਹਰਿੰਦਰ ਕੌਰ ਉਹਨਾਂ ਦੀ ਔਰ ਮੇਰੀ 2 ਵਾਰ ਸਾਇੰਸ ਟੀਚਰ ਦੇ ਤੌਰ ਤੇ ਪ੍ਰਮੋਸ਼ਨ ਹੋਈ। ਅਸੀਂ ਦੋਨੋਂ ਵਾਰ ਡੀ ਬਾਰ ਕੀਤਾ ਕਿਉਂਕਿ ਸਾਨੂੰ ਇੱਥੇ ਕੰਮ ਕਰਨਾ ਵਧੀਆ ਲੱਗਦਾ ਹੈ। ਔਰ ਦੂਸਰੀ ਗੱਲ ਕੀ ਹੈ ਕਿ ਹਲੇ ਵੀ ਇੱਥੇ ਬਹੁਤ ਸਾਰੀਆਂ ਲਿਮੀਟੇਸ਼ਨਸ ਨੂੰ ਤਾਂ ਅਸੀਂ ਤੋੜਤਾ, ਜੋ ਲੋਕ ਕਹਿੰਦੇ ਸੀ ਸਰਕਾਰੀ ਸਕੂਲ 'ਚ ਇਹ ਕੰਮ ਨਹੀਂ ਹੋ ਸਕਦਾ, ਔਰ ਹਲੇ ਵੀ ਇੱਥੇ ਕਰਨ ਵਾਲਾ ਬਹੁਤ ਕੁਛ ਸਾਨੂੰ ਲੱਗਦਾ ਹੈ ਵੀ ਜੋ ਕੁਛ ਅਸੀਂ ਚਾਹੁੰਦੇ ਹਾਂ ਹਲੇ ਉਹ ਬਾਕੀ ਹੈ ਕਰਨਾ, ਅਸੀਂ ਹਲੇ ਬਹੁਤ ਕੁਛ ਇੱਥੇ ਹੋਰ ਕਰਨਾ ਹੈ, ਇਸ ਲਈ ਸਾਡਾ ਇੱਥੇ ਰਹਿਣਾ ਬਹੁਤ ਜ਼ਰੂਰੀ ਸੀ। ਔਰ ਦੂਸਰੀ ਗੱਲ ਸਰ, ਸਾਡਾ ਜਿਹੜੇ ਸਟਾਫ ਦੀ ਗੱਲ ਹੈ, ਹੁਣ ਸਾਡੇ ਕੋਲ ਪਰਮਾਨੈਂਟ CHT ਆਏ ਨੇ, ਇਹ ਸਾਡੀ ਖੁਸ਼ਕਿਸਮਤੀ ਹੈ, ਉਹ ਵੀ ਬਹੁਤ ਵਧੀਆ ਨੇ ਔਰ ਸਾਡਾ ਬਾਕੀ ਸਾਰਾ ਸਟਾਫ, ਸਾਡੇ ਟੀਚਰ ਜਿਹੜੇ ਹੈ ਉਹ ਸਾਰੇ ਹੀ ਬਹੁਤ ਵਧੀਆ ਕੋਆਪਰੇਟਿਵ ਨੇ ਔਰ ਸਾਨੂੰ ਸਕੂਲ ਦੀ ਹਰ ਇੱਕ ਗਤੀਵਿਧੀ ਦਾ, ਐਕਟੀਵਿਟੀ ਦਾ ਪਤਾ ਹੁੰਦਾ ਹੈ ਵੀ ਅਸੀਂ ਕੀ ਕਰ ਰਹੇ ਹਾਂ, ਸਾਰਿਆਂ ਨੂੰ ਹੀ ਵੀ ਅਸੀਂ ਕੀ ਕਰ ਰਹੇ ਹਾਂ, ਅੱਗੇ ਅਸੀਂ ਕੀ ਕਰਨਾ, ਕਿਹੜੀਆਂ ਚੀਜ਼ਾਂ ਸਾਡੇ ਸਕੂਲ ਲਈ ਵਧੀਆ, ਕਿਹੜੀਆਂ ਚੀਜ਼ਾਂ ਸਾਡੇ ਸਕੂਲ ਲਈ ਮਾੜੀਆਂ। ਜਦੋਂ ਕਦੇ ਸਾਡੇ CHT ਛੁੱਟੀ ਤੇ ਹੋਣ ਜਾਂ ਕੋਈ ਵੀ ਟੀਚਰ ਛੁੱਟੀ ਤੇ ਹੋਵੇ, ਕਿਸੇ ਟੀਚਰ ਨੂੰ ਉਹਨਾਂ ਦੀ ਐਬਸੈਂਸ ਦੇ ਵਿੱਚ ਕੋਈ ਫੈਸਲਾ ਲੈਣਾ ਪੈਂਦਾ ਹੈ, ਤਾਂ ਉਹ ਕਦੇ ਨਾ ਹੀ ਤਾਂ ਉਹ ਡਰਦੇ ਹੈ, ਨਾ ਹੀ ਕਿਸੇ ਨੂੰ ਪੁੱਛਣ ਦੀ ਲੋੜ ਹੁੰਦੀ ਹੈ, ਉਹ ਇੰਡੀਵਿਜੁਅਲੀ ਫੈਸਲਾ ਲੈ ਲੈਂਦੇ ਹੈ ਔਰ ਇਹ ਆਜ਼ਾਦੀ ਸਾਰਿਆਂ ਨੂੰ ਹੈ। ਜਦੋਂ ਤੁਹਾਡਾ ਸਕੂਲ ਵਿਜ਼ਿਟ ਕੀਤਾ, ਤੁਹਾਡੇ ਸਾਰੇ ਕਲਾਸਰੂਮ ਸਮਾਰਟ ਕਲਾਸਰੂਮ ਸੀਗੇ, ਈ ਕੰਟੈਂਟ ਦੇ ਨਾਲ ਪੜ੍ਹਾਈ ਹੋ ਰਹੀ ਹੈ ਔਰ ਮੈਨੂੰ ਇਹ ਲੱਗਿਆ ਕਿ ਸ਼ਾਇਦ ਇਹ ਤੁਸੀਂ ਉਪਰਾਲਾ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਹੋ, ਇਹਦੇ ਬਾਰੇ ਤੁਸੀਂ ਥੋੜਾ ਕੁਝ ਦੱਸਣਾ ਚਾਹੋਗੇ? ਹਾਂਜੀ ਹਾਂਜੀ ਸਰ। ਸਰ ਇਸ ਤਰ੍ਹਾਂ ਹੈ ਕਿ ਜਦੋਂ ਅਸੀਂ 2008 ਦੇ ਵਿੱਚ ਜੌਬ 'ਚ ਆਏ ਸੀ ਤਾਂ ਉਦੋਂ ਹੀ ਸਾਨੂੰ ਇਸ ਚੀਜ਼ ਦੀ ਲੋੜ ਮਹਿਸੂਸ ਹੁੰਦੀ ਸੀ ਕਿ ਸਾਡੇ ਕੋਲ ਸਮਾਰਟ ਕਲਾਸਰੂਮਸ ਹੋਣੇ ਚਾਹੀਦੇ ਆ। ਜਦੋਂ ਇਸ ਬਾਰੇ ਸਟੱਡੀ ਕੀਤਾ ਤਾਂ ਉਦੋਂ ਲੱਗਦਾ ਸੀ ਕਿ ਇਹ ਬਹੁਤ ਜ਼ਿਆਦਾ ਕੋਸਟਲੀ ਹੈ, ਕੁਛ ਕੀ ਗਿਣੇ ਚੁਣਵੇ ਮਹਿੰਗੇ ਸਕੂਲਾਂ ਕੋਲ ਇਹ ਸਿਸਟਮ ਹੁੰਦਾ ਸੀ, ਤਾਂ ਅਸੀਂ ਸਰ 2010 ਤੋਂ ਹੀ ਅਸੀਂ ਇੱਕ ਸਮਾਰਟ ਕਲਾਸਰੂਮ ਤਿਆਰ ਕਰ ਲਿਆ ਸੀ ਸਾਡੇ CRC ਰੂਮ ਨੂੰ ਯੂਜ਼ ਕਰਕੇ, ਉਹ 'ਚ LED ਲਾ ਕੇ। ਤਾਂ ਉਸ ਸਮੇਂ ਈ ਕੰਟੈਂਟ ਤਾਂ ਨਹੀਂ ਸੀ, ਬਟ ਅਸੀਂ YouTube ਤੋਂ ਉਹਦੇ ਨਾਲ ਇੱਕ ਆਪਣੇ ਸਿਲੇਬਸ ਨਾਲ ਰਿਲੇਟਡ ਵੀਡੀਓਜ਼ ਜਿਹੜੀਆਂ ਹੈ ਡਾਊਨਲੋਡ ਕਰਕੇ ਬੱਚਿਆਂ ਨੂੰ ਅਸੀਂ ਉਹ ਦਿਖਾਉਂਦੇ ਰਹੇ, ਉਦੋਂ ਤੋਂ ਅਸੀਂ ਉਸਨੂੰ ਯੂਜ਼ ਕਰਦੇ ਰਹੇ। ਬਟ ਹੁਣ ਸਾਡੇ ਕੋਲ 3 ਸਾਲ ਤੋਂ ਸਾਰੇ ਕਲਾਸਰੂਮ ਸਮਾਰਟ ਕਲਾਸਰੂਮ ਹੈ ਔਰ ਸਰ ਇਹਦੇ ਵਿੱਚ ਵੱਖਰੀ ਗੱਲ ਕੀ ਹੈ ਕਿ ਸਮਾਰਟ ਕਲਾਸਰੂਮ ਨੂੰ ਅਸੀਂ ਸਿਰਫ ਈ ਕੰਟੈਂਟ ਤੱਕ ਹੀ ਸੀਮਿਤ ਨਹੀਂ ਰੱਖਿਆ, ਉਹ ਸਾਡੇ ਵਾਸਤੇ ਇੱਕ ਗਾਈਡੈਂਸ ਸੀ, ਸਟਾਰਟਿੰਗ ਸੀ, ਅਸੀਂ ਉਸ ਨੂੰ ਉਸ ਤੋਂ ਫਰਦਰ ਆਪਣੇ ਤਰੀਕੇ ਨਾਲ ਉਸਨੂੰ ਬਹੁਤ ਜ਼ਿਆਦਾ ਤਰੀਕੇ ਨਾਲ ਅਸੀਂ ਉਸਨੂੰ ਯੂਜ਼ ਕਰਦੇ ਹਾਂ। ਸਾਡੇ ਟੀਚਰ ਆਪਣੇ ਆਪ ਵੀਡੀਓਜ਼ ਬਣਾਉਂਦੇ ਹੈ ਉਹਨਾਂ ਦੇ ਸਿਲੇਬਸ ਦੇ ਰਿਗਾਰਡਿੰਗ, ਲਿਸਨ ਐਂਡ ਰਿਪੀਟ, ਜੇ ਟੀਚਰ ਕਲਾਸ 'ਚੋਂ ਕੁਛ ਟਾਈਮ ਐਬਸੈਂਟ ਵੀ ਹੈ ਤਾਂ ਬੱਚੇ ਆਪਣੇ ਆਪ ਉਸ ਨੂੰ ਕੰਮ ਕਰ ਸਕਣ, ਤਾਂ ਉਹ ਅਸੀਂ ਵੀਡੀਓਜ਼ ਉਹਨਾਂ ਦੀਆਂ ਆਪਣੇ ਆਪ ਬਣਾਉਂਦੇ ਹੈ ਉਹਨਾਂ ਦੇ ਸਿਲੇਬਸ ਦੀਆਂ ਤੇ ਉਹਨਾਂ ਬੱਚਿਆਂ ਨੂੰ ਅਸੀਂ ਦਿਖਾਉਂਦੇ ਹਾਂ। ਇਸ ਤੋਂ ਇਲਾਵਾ ਅਸੀਂ ਈ ਲਾਇਬ੍ਰੇਰੀ ਵੀ ਹੈ ਸਾਡੇ ਕੋਲ, ਜਿਹੜੀਆਂ ਸਾਡੀਆਂ ਲਾਇਬ੍ਰੇਰੀ ਦੀਆਂ ਬੁੱਕਸ ਹੈ
ਉਹਨਾਂ ਦੀ ਵੀ ਅਸੀਂ ਵੀਡੀਓਗ੍ਰਾਫੀ ਕਰਦੇ ਹਾਂ ਤਾਂ ਕਿ ਬੱਚਿਆਂ ਨੂੰ ਉਹ ਵੀ ਦਿਖਾਈਆਂ ਜਾ ਸਕਣ, ਉਹ ਚੀਜ਼ ਵੀ ਅਸੀਂ ਨਾਲ ਬਣਾਉਂਦੇ ਹਾਂ। ਸਰ ਇਸ ਤੋਂ ਇਲਾਵਾ ਇੱਕ ਸਾਡੇ ਕੋਲ ਮਿੰਨੀ ਸਾਊਂਡ ਸਿਸਟਮ ਹੈ, ਇੱਕ ਤਾਂ ਸਾਡੇ ਕੋਲ ਇੰਟੈਗਰੇਟਡ ਸਾਊਂਡ ਸਿਸਟਮ ਹੈ ਜਿਹੜਾ ਕਿ ਆਫਿਸ ਤੋਂ ਸਾਰੀਆਂ ਕਲਾਸਾਂ ਨਾਲ ਜੁੜਿਆ ਹੋਇਆ। ਉਹਦਾ ਕਾਰਨ ਕੀ ਸੀ ਕਿ ਬੱਚੇ ਦਾ ਟਾਈਮ ਵੇਸਟ ਨਾ ਹੋਵੇ, ਅੱਧੀ ਛੁੱਟੀ ਟਾਈਮ ਜਾਂ ਸੁਬਹਾ ਮਾਰਨਿੰਗ ਅਸੈਂਬਲੀ ਤੋਂ ਬਾਅਦ ਜਾਂ ਪਹਿਲਾਂ ਕਿ ਕੁਛ ਨਾ ਕੁਛ ਅਸੀਂ ਉਹ ਸਾਊਂਡ ਦੇ ਵਿੱਚ ਲਾ ਕੇ ਛੱਡ ਦਈਏ, ਕੁਛ ਟੇਬਲਸ ਲਾ ਦਈਏ, ਕੁਛ ਵਰਡਸ ਲਾ ਦਈਏ, ਕੋਈ ਮੁਹਾਰਨੀ ਲਾ ਦਈਏ, ਤਾਂ ਬੱਚੇ ਅਨਕੋਨਸ਼ੀਅਸਲੀ ਉਸ ਨੂੰ ਸੁਣਦੇ ਫਿਰਨ ਔਰ ਉਹਨਾਂ ਦੀ ਉਹ ਚੀਜ਼ਾਂ ਦਿਮਾਗ 'ਚ ਰਹਿ ਜਾਣ। ਜਿਸ ਤਰ੍ਹਾਂ ਕਿ ਇੱਕ ਬੱਚਾ ਗਾਣਾ ਸੁਣਦਾ ਹੈ ਉਹਨੂੰ ਲਿਖ ਕੇ ਨਹੀਂ ਯਾਦ ਕਰਦਾ, ਬਟ ਉਹ ਅਨਕੋਨਸ਼ੀਅਸਲੀ ਸੁਣਦਾ ਫਿਰਦਾ ਔਰ ਉਹਦੇ ਯਾਦ ਹੋ ਜਾਂਦਾ, ਉਹਨੂੰ ਸੁਣਾ ਦਿੰਦਾ। ਇੱਥੇ ਮੈਂ ਇੱਕ ਹੋਰ ਚੀਜ਼ ਤੁਹਾਨੂੰ ਦੱਸਣਾ ਹੈ ਕਿ ਜਿਹੜੀ ਸਾਡੀ ਪ੍ਰਾਇਮਰੀ ਕਲਾਸਿਸ ਦੇ ਬਾਰੇ, ਪ੍ਰੀ ਪ੍ਰਾਇਮਰੀ ਕਲਾਸਿਸ ਦੇ ਬਾਰੇ 'ਚ ਮੈਂ ਦੱਸਣਾ ਚਾਹਾਂਗਾ। ਸਰ ਦੇਖੋ, ਪ੍ਰੀ ਪ੍ਰਾਇਮਰੀ ਕਲਾਸ ਦੇ ਵਿੱਚ ਆਪਣੇ ਕੋਲ 3 ਸਾਲ ਤੋਂ 5 ਸਾਲ ਦੇ ਬੱਚੇ ਆਉਂਦੇ ਆ, ਉਹ ਉਮਰ ਉਹਨਾਂ ਦੀ ਖੇਡਣ ਦੀ ਵੀ ਹੁੰਦੀ ਹੈ, ਤਾਂ ਕਿਤੇ ਇਹ ਨਾ ਹੋਵੇ ਕਿ ਆਪਾਂ ਉਹਨਾਂ ਨੂੰ ਪੜ੍ਹਾਉਣ ਦੇ ਵਿੱਚ ਉਹਨਾਂ ਦਾ ਜਿਹੜਾ ਖੇਡਣ ਵਾਲਾ ਜੀਵਨ ਹੈ ਉਸ ਨੂੰ ਰੋਲ ਦਈਏ, ਤਾਂ ਉਸ ਨੂੰ ਉੱਥੇ ਸਾਨੂੰ ਬਹੁਤ ਜ਼ਿਆਦਾ ਕੇਅਰਫੁੱਲ ਹੋਣਾ ਚਾਹੀਦਾ, ਬਹੁਤ ਜ਼ਿਆਦਾ ਕੇਅਰਫੁੱਲ ਬਣਨਾ ਪੈਂਦਾ, ਤਾਂ ਕਿ ਉਹ ਬੱਚੇ ਦਾ ਜਿਹੜਾ ਉਹ ਖੇਡਦਾ ਵੀ ਰਹੇ ਤੇ ਉਹਨੂੰ ਪਤਾ ਵੀ ਨਾ ਲੱਗੇ ਕਿ ਉਹ ਆਪਣੀ ਇਸ ਏਜ ਦੇ ਆਪਣੀ ਕਲਾਸ ਦੇ ਟੀਚੇ ਪੂਰੇ ਕਰ ਗਿਆ, ਉਹ ਟੀਚੇ ਵੀ ਪੂਰੇ ਕਰ ਗਏ, ਤਾਂ ਉਸ ਵਾਸਤੇ ਬਹੁਤ ਵਰਕ ਕਰਨਾ ਪੈਂਦਾ, ਨਵੀਆਂ ਨਵੀਆਂ ਟੈਕਨੀਕਸ ਜਿਹੜੀਆਂ ਹੈ ਉਹਦੇ ਵਾਸਤੇ ਦੱਸਣੀਆਂ ਪੈਂਦੀਆਂ। ਮੈਨੂੰ ਲੱਗਦਾ ਕਿ ਸ਼ਾਇਦ ਤੁਸੀਂ ਘਰੇ ਬੈਠੇ ਹੋ। ਹਾਂਜੀ ਹਾਂਜੀ ਸਰ। ਇਹ ਮੈਡਮ ਵੀ ਹੋਣੇ ਹਰਿੰਦਰ। ਹਾਂਜੀ ਹਾਂਜੀ ਸਰ। ਇੱਕ ਵਾਰੀ ਚਲੋ ਮੈਂ ਵੀ ਸਤਿ ਸ਼੍ਰੀ ਅਕਾਲ ਉਹਨਾਂ ਨੂੰ ਬੁਲਾਉਣਾ ਚਾਹਾਂਗਾ। ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਬਹੁਤ ਬਹੁਤ ਵਧਾਈਆਂ ਔਰ ਜੀ ਤੁਹਾਡਾ ਜੋ ਸੈਕਰੀਫਾਈਸ ਹੈ ਤੁਹਾਡਾ ਦੋਵਾਂ ਦਾ ਹੀ, ਤੁਹਾਡਾ ਵੀ ਤੇ ਰਾਜਿੰਦਰ ਦਾ ਵੀ, ਔਰ ਮੈਂ ਕਹਾਂਗਾ ਸ਼ਾਇਦ ਤੁਹਾਡਾ ਥੋੜਾ ਜ਼ਿਆਦਾ ਹੀ ਹੋਏ। ਇਹ ਸਾਨੂੰ ਵਿਭਾਗ ਨੂੰ ਉਹਦੇ ਤੇ ਬੜਾ ਫਕਰ ਹੈ ਤੁਹਾਡੇ ਦੋਵਾਂ ਤੇ ਹੀ। ਔਰ ਜੋ ਗੱਲ ਮੈਨੂੰ ਪਤਾ ਲੱਗੀ ਹੈ, ਆਈ ਥਿੰਕ ਤੁਸੀਂ ਵੀ ਯੂ ਆਰ ਆਲਸੋ ਵੈਰੀ ਹਾਈਲੀ ਕੁਆਲੀਫਾਈਡ, ਔਰ ਤੁਸੀਂ ਐਮ ਐਸ ਸੀ ਫਿਜ਼ਿਕਸ ਹੋਣ ਦੇ ਬਾਵਜੂਦ ਵੀ ਤੁਸੀਂ ਵੀ ਦੋ ਵਾਰ ਆਪਣਾ ਪ੍ਰਮੋਸ਼ਨ ਜਿਹੜਾ ਹੈ ਡਿਬਾਰ ਕੀਤਾ, ਜਿਵੇਂ ਰਾਜਿੰਦਰ ਨੇ ਦੱਸਿਆ। ਇਸ ਤਰ੍ਹਾਂ ਦੀ ਕੋਈ ਗੱਲ ਰਾਜਿੰਦਰ ਤੁਸੀਂ ਜਾਂ ਮੈਡਮ ਅੰਦਰ ਤੁਹਾਡੇ ਦੋਵਾਂ ਵਿੱਚੋਂ ਹੀ ਕੋਈ ਇਹ ਚੀਜ਼ ਐਕਸਪਲੇਨ ਕਰ ਦੇਵੇ ਕਿ ਹਸਬੈਂਡ ਵਾਈਫ ਦੋਨੋਂ ਇੱਕ ਸਕੂਲ ਦੇ ਵਿੱਚ ਟੀਚਰ ਹੋਣ ਤੇ ਕੀ ਦੋਵਾਂ ਦਾ ਉਹਨਾਂ ਦਾ ਸਹਿਯੋਗ ਜਾਂ ਇੱਕ ਦੂਜੇ ਨੂੰ ਸਪੋਰਟ ਕਰਦੇ ਆ ਘਰ ਦੇ ਵਿੱਚ ਵੀ, ਘਰ ਦੇ ਕੰਮਾਂ ਦੇ ਵਿੱਚ ਵੀ ਔਰ ਸਕੂਲ ਦੇ ਕੰਮਾਂ ਦੇ ਵਿੱਚ ਵੀ। ਸੋ ਵੁੱਡ ਯੂ ਲਾਈਕ ਟੂ ਸੇ ਐਨੀਥਿੰਗ ਈਦਰ ਆਫ ਯੂ? ਬਿਲਕੁਲ ਸਰ, ਇਹ ਸਾਡੇ ਲਈ ਅਸੀਂ ਇਹ ਸੋਚਦੇ ਹੁੰਦੇ ਹਾਂ ਕਿ ਸਕੂਲ ਦੇ ਵਿੱਚ ਜੋ ਅਸੀਂ ਜਿੰਨਾ ਕੁ ਕੰਮ ਵੀ ਅਸੀਂ ਕਰ ਸਕੇ ਉਹ ਇਸੇ ਕਰਕੇ ਕਰ ਸਕੇ ਕਿ ਅਸੀਂ ਦੋਨੋਂ ਜਣੇ ਇਕੱਠੇ ਸੀ, ਕਿ ਇੱਕ ਜਣਾ, ਕਿਉਂਕਿ ਅਸੀਂ ਸਕੂਲ ਦੇ ਵਿੱਚ ਸਰ ਕੋਈ ਛੁੱਟੀ ਅਸੀਂ ਘਰੇ ਨਹੀਂ ਰਹਿੰਦੇ, ਸਕੂਲ ਚ ਹੀ ਹੁੰਦੇ ਹਾਂ ਔਰ ਡੇਲੀ 14-15 ਘੰਟੇ ਸਕੂਲ ਦੇ ਵਿੱਚ ਐਵਰੇਜ ਹੈ, ਕਈ ਵਾਰ 18-20 ਘੰਟੇ ਵੀ ਸਕੂਲ ਦੇ ਵਿੱਚ ਲੱਗ ਜਾਂਦੇ ਹਨ, ਤਾਂ ਇੱਕ ਜਣਾ ਸਾਡੇ ਚੋਂ ਘਰ ਦਾ ਕੰਮ ਸੰਭਾਲਦਾ ਸਾਰਾ, ਇੱਕ ਜਣਾ ਸਕੂਲ ਦਾ, ਔਰ ਇਹ ਬਹੁਤ ਵੱਡੀ ਕੋਆਪਰੇਸ਼ਨ ਹੈ ਔਰ ਘਰੇ ਬੈਠਾ ਵੀ ਬੰਦਾ ਜਿਹੜਾ ਹੈ ਉਹ ਪਲੈਨਿੰਗ ਹੀ ਕਰਦਾ ਰਹਿੰਦਾ ਹੈ ਵੀ ਆਪਾਂ ਅੱਗੇ ਫਰਦਰ ਕਿਸ ਤਰ੍ਹਾਂ ਹੁਣ ਸਾਰਾ ਕਰਨਾ ਹੈ। ਔਰ ਸਰ ਜਿਵੇਂ ਕਿ ਹੁਣ ਲੋਕਡਾਊਨ ਹੈ ਤਾਂ ਅਸੀਂ ਸਟੂਡੈਂਟਸ ਨਾਲੋਂ ਹੁਣ ਵੀ ਨਹੀਂ, ਅਸੀਂ ਉਸੇ ਤਰ੍ਹਾਂ ਹੀ ਹੈ, ਉਹਨਾਂ ਨੂੰ ਵੀਡੀਓ ਕਾਲਸ ਵੀ ਕਰਦੇ ਹਾਂ ਉਹਨਾਂ ਨਾਲ ਉਸੇ ਤਰ੍ਹਾਂ, ਸਾਡੇ ਕੋਲ ਉਹਨਾਂ ਦਾ ਹੋਮਵਰਕ ਆਉਂਦਾ ਅਸੀਂ ਉਹਨੂੰ ਚੈੱਕ ਕਰਕੇ ਵੀ ਵਾਪਸ ਭੇਜਦੇ ਹਾਂ, ਔਰ ਸਾਡਾ ਬਾਕੀ ਸਟਾਫ ਵੀ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜਿਆ ਹੋਇਆ ਹੈ। ਸਾਡੇ ਮੈਡਮ ਹੈ ਕਿਰਨਜੀਤ ਕੌਰ ਨੇ, ਉਹ ਸਾਨੂੰ ਆਡੀਓਜ਼ ਰਿਕਾਰਡ ਕਰਕੇ ਭੇਜਦੇ ਆ ਔਰ ਮੈਂ ਉਹਨਾਂ ਤੇ ਵੀਡੀਓਜ਼ ਬਣਾ ਕੇ ਬੱਚਿਆਂ ਨੂੰ ਸਿਲੇਬਸ ਦੀਆਂ ਵੀਡੀਓਜ਼ ਬਣਾ ਕੇ ਅਸੀਂ ਗਰੁੱਪ ਦੇ ਵਿੱਚ ਦਿੰਦੇ ਹਾਂ, ਔਰ ਇਸੇ ਤਰ੍ਹਾਂ ਸਾਡੇ ਗੁਰਚਰਨ ਸਰ ਹੈ, ਅਮਨਦੀਪ ਮੈਡਮ ਹੈ, ਜਸਵਿੰਦਰ ਮੈਡਮ ਹੈ, ਉਹ ਸਾਰੇ ਹੀ ਸਾਡੇ ਨਾਲ ਬਹੁਤ ਵਧੀਆ ਤਰੀਕੇ ਨਾਲ ਕੋਆਪਰੇਟ ਕਰਦੇ ਆ ਔਰ ਹੁਣ ਵੀ ਸਾਡੇ ਨਾਲ ਇੱਕ ਫੈਮਿਲੀ ਦੀ ਤਰ੍ਹਾਂ ਉਸੇ ਤਰ੍ਹਾਂ ਹੀ ਜੁੜੇ ਹੋਏ ਆ। ਮੈਡਮ ਜਿਸ ਤਰ੍ਹਾਂ ਕਿ ਘਰ ਦਾ ਕੰਮ ਸੰਭਾਲ ਲੈਂਦੇ ਆ, ਮੈਂ ਸਕੂਲ ਟਾਈਮ ਤੋਂ ਬਾਅਦ ਸਕੂਲ ਦਾ ਜੋ ਵਾਧੂ ਕੰਮ ਕਰਨ ਵਾਲਾ ਹੁੰਦਾ ਤਾਂ ਅਸੀਂ ਉਹ ਇਸ ਤਰ੍ਹਾਂ ਕਰ ਲੈਂਦੇ। ਵੈਰੀ ਗੁੱਡ ਰਜਿੰਦਰ, ਬਹੁਤ ਬਹੁਤ ਵਧੀਆ ਔਰ ਥੈਂਕ ਯੂ ਵੈਰੀ ਮਚ ਮੈਡਮ।
we are proud of you और तुसी बहुत चंगा कर रहे हो तुसी दोवां ने मिलके और अपनी बाकी अध्यापकां दे नाल मिलके जो तुसी ये स्कूल बनाया है बड़ा भाई के इहदा पूरा सिर्फ स्टेट दे विच ही नहीं मेरे ख्याल से पूरे इंटरनेशनल लेवल ते स्कूल दा नाम है और एक गल मैं और भी नोट कीती है कि जो भी कोई नवी प्रैक्टिस और कोई नवी चीज की शुरुआत करनी होए कोई नवी टेक्निक दी वो तुहाडे स्कूल तो तैयार होके आंदी है आई एम वेरी हैप्पी एंड वेरी ग्लैड सुबह कोई चीज दसो और एक या दो दिन दे बाद वो मुड़ के चीज भी आ जाती है मैनू हाले भी याद है आई थिंक एक बच्चे का एक मेरे ख्याल से वो सीगा फर्स्ट डे एक गेम एक्टिविटी फ्लोर सर एक्टिविटी फ्लोर वो तुसी बड़ी छेती बना के बहुत छेती तैयार करके राजेंद्र वो तुसी बना के भेज देता सी आई स्टिल रिमेंबर दैट सर सारे टीचर बहुत टैलेंटेड है सारे बहुत कोऑपरेटिव है वेरी गुड चलो जी तुम बहुत बहुत बधाई थैंक यू वेरी मच थैंक्स अ लॉट थैंक यू रियली प्राउड ऑफ यू थैंक यू मैडम सत श्री अकाल जी सत श्री अकाल सर थैंक यू सर